ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦਿਆਂ ਹੁਸ਼ਿਆਰਪੁਰ ਦੱਸਣਾ ਚਾਹੁੰਦਾ ਜੀ ਆਪਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਔਰ ਇਸ ਦੀ ਜੋ ਖਾਸ ਕਰਕੇ ਯੂਨੀਫਾਰਮ ਹੈ ਡਰੈਸ ਹੈ ਜੋ ਪੰਜਾਬ ਪੁਲਿਸ ਦੀ ਵਰਦੀ ਹੈ ਇਸ ਨੂੰ ਵੇਖਦੇ ਸਾਰ ਹੀ ਮਤਲਬ ਸਾਡੀ ਜਿਹੜੀ ਰਿਸਪੈਕਟ ਹੈ ਉਹ ਇਹਨਾਂ ਲੋਕਾਂ ਲਈ ਮਤਲਬ ਜੁੜ ਜਾਂਦੀ ਹੈ ਅਸੀਂ ਚਾਹੁੰਦੇ ਹਾਂ ਕਿਉਂਕਿ ਵਰਦੀ ਦੀ ਰਿਸਪੈਕਟ ਹੁੰਦੀ ਹੈ ਵਰਦੀ ਦਾ ਸਤਿਕਾਰ ਹੁੰਦਾ ਹੈ ਲੇਕਿਨ ਕੁਛ ਲੋਕ ਜਦੋਂ ਇਸ ਵਰਦੀ ਦਾ ਨਜਾਇਜ਼ ਫਾਇਦਾ ਚੁੱਕਦੇ ਨੇ ਤਾਂ ਉਸ ਵੇਲਾ ਕਿਤੇ ਨਾ ਕਿਤੇ ਜਿਹੜੀ ਸੱਟ ਹੈ ਉਹ ਦਿਲ ਨੂੰ ਵੱਜਦੀ ਹੈ ਜਿਸ ਖਬਰ ਦੇ ਨਾਲ ਮੈਂ ਆਪ ਸਭ ਨੂੰ ਰੂਬਰੂ ਕਰਵਾਉਣ ਜਾ ਰਿਹਾ ਇਸ ਵਰਦੀ ਦੇ ਰੋਬ ਨੂੰ ਦਿਖਾ ਕੇ ਹੀ ਉਸਨੇ ਦੁਕਾਨਦਾਰ ਦੇ ਕੋਲੋਂ ਕਿਸ ਤਰ੍ਹਾਂ ਸਮਾਨ ਖਰੀਦਿਆ ਔਰ ਬਾਅਦ ਵਿੱਚ ਉਸ ਦੁਕਾਨਦਾਰ ਦੀ ਔਰ ਉਸ ਵਰਦੀ ਧਾਰੇ ਮੁਲਾਜ਼ਮ ਦੀ ਕੀ ਗੱਲਬਾਤ ਹੋਈ ਹੈ ਪੂਰੀ ਜਾਣਕਾਰੀ ਦੇਣ ਵਾਸਤੇ ਹੁਸ਼ਿਆਰਪੁਰ ਤੋਂ ਸਾਡੇ ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਸ਼ਰਮਾ ਜੀ ਜੁੜ ਚੁੱਕੇ ਨੇ ਉਹਨਾਂ ਤੋਂ ਲੈਂਦੇ ਅਪਡੇਟ ਸਰ ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਪੁਲਿਸ ਜਿਹੜੀ ਆ ਸਵਾਲਾਂ ਦੇ ਨਸ਼ੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਆਮ ਤੌਰ ਦੇ ਉੱਤੇ ਫਸੀ ਦੇਖੀ ਜਾ ਰਹੀ ਹੈ ਜੀ ਪਰ ਹੁਣ ਇੱਕ ਨਵਾਂ ਮੁੱਦਾ ਜਿਹੜਾ ਹੈਗਾ ਵਾ ਖੁੱਲ ਕੇ ਸਾਹਮਣੇ ਆ ਗਿਆ ਇਹ ਪੁਲਿਸ ਦਾ ਇੱਕ ਮੁਲਾਜ਼ਮ ਜਿਹੜਾ ASI ਆ ਉਹ ਦੁਕਾਨਦਾਰ ਦੀ ਦੁਕਾਨ ਦੇ ਉੱਤੇ ਜਾ ਕੇ ਆਪਣੇ ਵਰਦੀ ਦਾ ਰੋਬ ਦਿਖਾਉਂਦਾ ਹੈ ਔਰ ਉਹਦੇ ਕੋਲੋਂ ਇੱਕ ਸਰੋਂ ਦੇ ਤੇਲ ਦਾ ਪੀਪਾ ਉਹਦੀਆਂ ਖਾਣ ਵਾਲੀਆਂ ਮੱਠੀਆਂ ਸਾਬਣ ਏਦਾਂ ਦਾ ਕਈ ਸਾਰਾ ਸਮਾਨ ਜਿਹੜਾ ਉਹ ਆਪਣੀ ਗੱਡੀ ਦੇ ਵਿੱਚ ਰਖਵਾ ਲੈਂਦਾ ਹੈ ਜੀ ਦੁਕਾਨਦਾਰ ਦਾ ਜਿਹੜਾ ਉਹਦਾ ਸਰਵਿਸ ਹੈਗਾ ਉਹ ਜਾ ਕੇ ਗੱਡੀ 'ਚ ਰੱਖਦਾ ਤੇ ਦੁਕਾਨਦਾਰ ਜਿਸ ਵੇਲੇ ਪੈਸੇ ਮੰਗਦਾ ਹੈਗਾ ਤੇ ਉਹਨੂੰ ਜਿਹੜਾ ਆਪਣੀ ਵਰਦੀ ਦਾ ਰੋਬ ਦਿਖਾ ਕੇ ਉਹਨੂੰ ਕਹਿੰਦਾ ਕਿ ਤੇਰੇ ਉੱਤੇ ਚਿੱਟਾ ਪਾ ਦਿਆਂਗੇ ਤੇਰੀ ਜ਼ੁਰਤ ਕਿੱਦਾਂ ਪਈ ਪੈਸੇ ਮੰਗਣ ਦੀ ਸੋ ਇਹੋ ਜਿਹਾ ਜਿਹੜਾ ਹੈ ਜਿਸ ਵੇਲੇ ਸਵਾਲ ਖੜਾ ਹੋ ਜਾਂਦਾ ਇਹ ਵਰਦੀ ਜਿਹੜੀ ਆ ਇਹ ਆਪਣੀ ਦਾਗਦਾਰ ਕਰਨ ਨੂੰ ਪਿੱਛੇ ਨਹੀਂ ਹਟਦੇ ਸੋ ਇਹ ਬੜੀ ਸ਼ਰਮਾਂ ਦੀ ਗੱਲ ਹੈਗੀ ਹੈ ਕਿ ਅੱਜ ਦਿਨ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਹੈਗੀਆਂ ਜੀ ਸੋ ਸ਼ਰਮਾ ਜੀ ਕਿਸੇ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਕੀਤੀ ਕਿ ਆਹ ਦੇਖੋ ਪੰਜਾਬ ਪੁਲਿਸ ਦਾ ਮੁਲਾਜ਼ਮ ਆਪਣੀ ਵਰਦੀ ਦਾ ਰੋਬ ਦਿਖਾ ਕੇ ਲੋਕਾਂ ਤੇ ਕਿਸ ਤਰ੍ਹਾਂ ਮਤਲਬ ਆਪਣਾ ਰੋਬ ਝਾੜ ਰਿਹਾ ਉਹਨਾਂ ਦੇ ਕੋਲੋਂ ਪੈਸੇ ਲੁੱਟ ਲਿਆ ਦੁਕਾਨਦਾਰ ਔਰ ਜੇ ਬੋਲਦੇ ਨੇ ਤਾਂ ਕਹਿੰਦੇ ਮੈਂ ਚਿੱਟਾ ਪਾ ਦਿਆਂਗਾ ਉਹਨਾਂ ਨੂੰ ਕੋਈ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੀ ਮੌਕੇ ਉੱਤੇ ਜਿਸ ਵੇਲੇ ਜਿਹੜਾ ਉਹਨੂੰ ਇਹਨਾਂ ਨੇ ਕਿਹਾ ਕਿ ਤੇਰੇ ਉੱਤੇ ਚਿੱਟਾ ਪਾਉਣਾ ਕਿ ਦੁਕਾਨਦਾਰ ਕਾਫੀ ਜ਼ਿਆਦਾ ਘਬਰਾ ਗਿਆ ਉਹਨੇ ਉਸੇ ਵੇਲੇ ਦੁਹਾਈ ਪਾਈ ਆਸ ਪਾਸ ਦੇ ਦੁਕਾਨਦਾਰ ਜਿਹੜੇ ਪੱਤੇ ਹੋਏ ਔਰ ਇਸ ਨੂੰ ਜਿਹੜਾ ਪਕੜਿਆ ਵੀ ਲੇਕਿਨ ਇਹ ਆਪਣੀ ਪਕੜ ਦੀ ਗ੍ਰਿਫਤ ਤੋਂ ਜਿਹੜਾ ਹੈਗਾ ਬਾਹਰ ਆ ਕੇ ਉੱਥੋਂ ਆਪਣੀ ਗੱਡੀ ਛੱਡ ਕੇ ਨੱਠ ਗਿਆ ਉਸੇ ਵੇਲੇ ਜਿਹੜਾ ਹੈਗਾ ਵਾ ਥਾਣਾ ਸਿਟੀ ਦੇ ਜਿਹੜਾ ਇੰਸਪੈਕਟਰ ਹੈਗੇ ਉਹਨਾਂ ਨੂੰ ਫੋਨ ਕੀਤਾ ਗਿਆ ਉੱਥੋਂ ਪੁਲਿਸ ਆਈ ਮੌਕੇ ਤੇ ਪੁਲਿਸ ਆਈ ਔਰ ਪੁਲਿਸ ਨੇ ਆ ਕੇ ਜਿਹੜਾ ਹੈਗਾ ਕਿਉਂਕਿ ਇਹ ਨੱਠ ਚੁੱਕਾ ਸੀਗਾ ਜੀ ਫਿਰ ਕੋਈ ਕਾਰਵਾਈ ਜਿਹੜੀ ਨਹੀਂ ਹੋ ਪਾਈ ਪਰ ਦੁਕਾਨਦਾਰ ਸਾਰੇ ਇਕੱਠੇ ਹੋ ਕੇ SSP ਸਾਹਿਬ ਨੂੰ ਜਾ ਕੇ ਮਿਲੇ ਉਹਨਾਂ ਨੂੰ ਜਾ ਕੇ ਸਾਰਾ ਕੁਛ ਦੱਸਿਆ ਤੇ ਉਹਨਾਂ ਨੇ ਭਰੋਸਾ ਦਵਾਇਆ ਹੈਗਾ ਕਿ ਇਸ ਦੇ ਖਿਲਾਫ਼ ਜਿਹੜੀ ਹੈਗੀ ਹੈ ਜੋ ਵੀ ਬਣਦੀ ਕਾਰਵਾਈ ਹੋਏਗੀ ਕੀਤੀ ਜਾਏਗੀ ਔਰ ਦੋਸਤੋ ਜੋ ਜੋ ਗੱਲਬਾਤ ਜੋ ਜੋ ਇਹ ਘਟਨਾ ਹੋਈ ਹੈ ਪਹਿਲਾਂ ਉਹ ਗੱਲਬਾਤ ਵੀ ਸੁਣ ਲਓ ਤਾਂ ਉਸ ਘਟਨਾ ਨੂੰ ਵੀ ਤੁਸੀਂ ਵੇਖ ਸਕਦੇ ਕਿੰਨੀ ਜਗ੍ਹਾ ਬੁੱਧਵਾਰ ਨੂੰ ਬੁੱਧਵਾਰ ਰਾਤੀ ਮੇਰੇ ਕੋਲ ਪੁਲਿਸ ਆਈ ਜੀ ਘਰ 1:30 ਵਜੇ ਮੁੰਡਾ ਮੇਰਾ ਚੱਕ ਕੇ ਲੈ ਗਿਆ ਜੀ ਸਾਨੂੰ ਰਾਤ ਮੰਗਾ ਤੁਹਾਡੇ ਚਿੱਟੇ ਦਾ ਕੇਸ ਪਾ ਦੇਣਾ ਆ ਅਸੀਂ ਬੜੀ ਰਿਕੁਐਸਟ ਮਨਾਈ ਉਹਨਾਂ ਨੂੰ ਕਿ ਜਿਹੜੇ ਬੰਦੇ ਅਸੀਂ ਮਾਨ ਲਿਆ ਤੁਹਾਨੂੰ ਬੰਦਾ ਮੂਹਰੇ ਕਰਾ ਦੇਵਾਂਗੇ ਜਾਂ ਸਾਡੀ ਗਰੰਟੀ ਜੇ ਕੋਈ ਮਾਝੀ ਪਵਾ ਲਓ ਨੱਠਦੇ ਨਹੀਂ ਅਸੀਂ ਜੀ ਦੋ ਬੰਦੇ ਪੁਲਿਸ ਰਾਤ ਸਾਡੇ ਘਰ ਰਹੇ ਸੁੱਤੇ ਆ ਜੀ ਅਤੇ ਮੈਨੂੰ ਯਾਰ ਮੇਰੇ ਕੋਲ ਰਾਤੀ ਇੰਦਰਜੀਤ ਸਿੰਘ ਨੇ ਲਿਆ ਜੀ ਜਿਹੜੇ ਮੁੰਡਾ ਲੱਗ ਗਿਆ ਆ ਕਹਿੰਦਾ ਮੁੰਡੇ ਨੂੰ ਕੁੱਟੂਗਾ ਨਹੀਂ ਤੁਹਾਨੂੰ ਉਸ ਤੋਂ ਇਲਾਵਾ ਰਾਤੀ ਲੈ ਗਏ ਬਿਨਾਂ ਬ੍ਰਾਂਡ ਤੋਂ ਲੈ ਗਏ ਜੀ ਇਹ ਕੋਈ ਹੈਗਾ ਅਫੈਅਰ ਨਹੀਂ ਸੀ ਸਵੇਰੇ 9 ਵਜੇ ਛੱਡ ਦਿੰਦੇ ਜੀ ਮੁੰਡੇ ਨੂੰ ਇੱਕ 5-6 ਹਜ਼ਾਰ ਨੌਕਰੀ ਕਰਨ ਵਾਲੇ ਬੰਦੇ ਦੇ ਸੈਰ ਕਰਾ ਗਏ ਮੈਂ ਮੁੰਡੇ ਛੱਡਦਾ ਜੀ ਇਹਨਾਂ ਨੇ ਇਹ ਕਿੱਥੇ ਕਾਨੂੰਨ ਦੇ ਵਿੱਚ ਹੈਗਾ ਕੋਈ ਜੀ ਇਹ ਕੰਮ ਮੋਬਾਈਲ ਵੀ ਲਿਆ ਉੱਥੇ ਇੱਕ ਮੋਬਾਈਲ ਵੀ ਨਾਲ ਲਿਆ ਜੀ ਨਵਾਂ ਮੋਬਾਈਲ ਲਿਆ ਕੇ ਤਾਂ ਮੈਂ 14-15 ਹਜ਼ਾਰ ਮੋਬਾਈਲ ਆਇਆ ਜੀ ਅੱਜ ਇਹਨਾਂ ਨੇ ਇਹ ਮੁੰਡਾ ਉੱਥੇ ਬੈਠਾ ਸੀ ਜੀ ਸਾਹਿਬ ਉੱਥੇ ਬੈਠੇ ਸੀ ਉਹਨਾਂ ਨੇ ਬਹਿ ਕੇ ਪਿੱਛੇ ਮੁੰਡੇ ਜੇ 'ਚ ਪਾ ਗਏ ਅੰਦਾਜ਼ਾ 50,000 ਰੁਪਇਆ ਸੀਗਾ 2,000 ਘੱਟ ਵੀ ਹੋ ਸਕਦਾ 2,000 ਵੱਧ ਵੀ ਹੋ ਸਕਦਾ ਆ ਕਹਿੰਦੇ ਚਿੱਟੇ ਕੇਸ ਤੁਹਾਡੇ ਪਾ ਦੇਣਾ ਆਪ ਹੀ ਰੁਪਈਏ ਕੱਢੇ ਜੇ ਚੋਂ ਮੁੰਡੇ ਨੇ ਦਿੱਤੇ ਆਪ ਹੀ ਰੁਪਈਏ ਕੱਢ ਲਏ ਰੁਪਈਏ ਕੱਢ ਕੇ ਫਿਰ ਕਹਿੰਦੇ ਇੱਕ ਤੇਲ ਲਾਟੀ ਦਿਓ ਜੀ ਫਿਰ ਲੋਕ ਕਹਿੰਦੇ 2 ਦਿਓ ਜੀ ਫਿਰ ਮੈਡਮ ਕਹਿੰਦੀ ਮੈਂ ਕੱਲ੍ਹ ਨੂੰ ਲੈ ਜੂੰਗੀ ਇੱਕ ਨਾਲ ਮੈਡਮ ਆਈ ਸੀ ਕਹਿੰਦੇ ਜੀ ਨਾ ਨਹੀਂ ਮੈਨੂੰ ਪਤਾ ਉਹਦਾ ਜੀ ਕਿ ਮੈਡਮ ਦਾ ਕੀ ਆ ਤਾਂ ਇੰਦਰਜੀਤ ਦਾ ਤੇਲ ਅਸੀਂ ਵੀ ਮੁੰਡੇ ਕਿਹਾ ਗੱਡੀ 'ਚ ਰਖਾਤਾ ਜੀ ਫਿਰ ਮੈਨੂੰ ਕਹਿੰਦੇ 2 ਕਿਲੋ ਮੱਠੀਆਂ ਦਿਓ ਉਹਨੂੰ ਕਿ ਤੁਹਾਡੀਆਂ ਮੱਠੀਆਂ ਬਹੁਤ ਮਸ਼ਹੂਰ ਆ ਫਿਰ ਮੈਂ 2 ਕਿਲੋ ਵੱਡੇ ਮੁੰਡੇ ਮੱਠੀਆਂ ਲੈ ਕੇ ਦਿੱਤੀਆਂ ਜੀ ਇਹਨਾਂ ਨੂੰ ਜੇ ਮੱਠੀਆਂ ਲੈ ਕੇ ਫਿਰ ਮੈਂ ਫੜ ਲਿਆ ਮੈਨੂੰ ਗੁੱਸਾ ਬੜਾ ਆਇਆ ਜੀ ਮੇਰੇ ਅੰਦਰੋਂ ਆਤਮਾ ਨਾ ਉਹ ਬੁੱਲ ਪਈ ਜੀ ਉਹ ਬੁੱਲ ਪਈ ਜੀ ਮੈਂ ਫੜ ਲਿਆ ਵੀ ਮੈਨੂੰ ਨਹੀਂ ਪਤਾ ਕਿਹੜਾ ਅਫਸਰ ਸੀਗਾ ਜੀ ਮੈਂ ਫੜ ਲਿਆ ਉਹਨੂੰ ਮੈਂ ਕਿਹਾ ਮੈਨੂੰ ਲੁੱਟ ਲਿਆ ਤੁਮ
ਮੈਨੂੰ ਬਲੈਕਮੇਲ ਕਰਦੇ ਜੀ। ਖਾਨਪੁਰੀ ਗੇਟ ਦਾ ਜਿਹੜਾ ਮਾਮਲਾ ਨੋਟਿਸ 'ਚ ਆਇਆ ਵਾ ਅਤੇ ਜਿਸ ਸੰਬੰਧੀ ਇਹ ਵੀ ਪਤਾ ਲੱਗਾ ਵੀ ਉੱਥੇ ਕਾਫੀ ਲੋਕਾਂ ਦਾ ਗੱਠਪੁੱਟ ਹੋਇਆ ਸੀਗਾ ਅਤੇ ਇਹ ਲੋਕ ਜਿਹੜੇ ਆ ਕੰਪਲੇਨੈਂਟ ਜਾਂ ਹੋਰ ਕੋਈ ਪਾਰਟੀ ਮੇਰੇ ਕੋਲ ਅਜੇ ਤੱਕ ਕਿਸੇ ਨੇ ਅਪਰੋਚ ਨਹੀਂ ਕੀਤਾ। ਇਹ ਪਤਾ ਲੱਗਾ ਵੀ ਉਹ ਉੱਪਰ ਦਫ਼ਤਰ ਐਸ ਐਸ ਪੀ ਸਾਹਿਬ ਦੇ ਪੇਸ਼ ਹੁੰਦੇ ਨੇ, ਅੰਦਰ ਮੇਰੇ ਕੋਲ ਕੋਈ ਕੰਪਲੇਂਟ ਨਹੀਂ ਹੈ। ਜੇ ਆਉਂਦੀ ਹੈਗੀ ਤਾਂ ਜੀ ਆਉਂਦੀ ਹੈਗੀ ਤਾਂ ਫਿਰ ਉਹਦੇ ਵਿਚਾਰ ਕੀਤਾ ਜਾਏਗਾ। ਸ਼ਰਮਾ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੋ ਦੋਸਤੋ, ਇਹ ਸਾਡੇ ਮਤਲਬ ਸੀਨੀਅਰ ਜਰਨਲਿਸਟ ਹੁਸ਼ਿਆਰਪੁਰ ਤੋਂ ਸਾਡੇ ਨਾਲ ਜੁੜੇ ਸਨ ਅਸ਼ਵਨੀ ਕੁਮਾਰ ਸ਼ਰਮਾ ਜੀ, ਜੋ ਦੱਸ ਰਹੇ ਸਨ ਕਿ ਇੱਕ ਵਰਦੀਧਾਰੀ, ਇੱਕ ਪੁਲਿਸ ਦਾ ਮੁਲਾਜ਼ਮ ਜਿਹੜਾ ਕਿ ਵਰਦੀ ਦੇ ਵਿੱਚ ਲੋਕਾਂ ਦੇ ਕੋਲੋਂ ਆਪਣੀ ਵਰਦੀ ਦਾ ਰੂਪ ਦਿਖਾ ਕੇ ਕਿਵੇਂ ਸਮਾਨ ਖਰੀਦ ਰਿਹਾ, ਉਹਨਾਂ ਦੇ ਪੈਸੇ ਨਹੀਂ ਦੇ ਰਿਹਾ, ਉਲਟਾ ਜਦੋਂ ਦੁਕਾਨਦਾਰ ਉਸ ਦੇ ਕੋਲੋਂ ਪੈਸੇ ਮੰਗਦੇ ਨੇ ਤਾਂ ਉਹਨਾਂ ਨੂੰ ਉੱਪਰ ਕੇਸ ਪਾਉਣ ਦੀਆਂ ਧਮਕੀਆਂ ਦਿੰਦਾ, ਡਰਾਵੇ ਦਿੰਦੇ, ਮੈਂ ਚਿੱਟੇ ਦਾ ਨਸ਼ਾ ਪਾ ਦਿਆਂਗਾ, ਮੈਂ ਤੁਹਾਡੇ ਚਿੱਟੇ ਦਾ ਕੇਸ ਤੁਹਾਡੇ 'ਤੇ, ਮਤਲਬ ਪਤਾ ਨਹੀਂ ਕੀ ਉਹ ਬੋਲੀ ਗਿਆ। ਔਰ ਜਦੋਂ ਦੁਕਾਨਦਾਰ ਇਕੱਠੇ ਹੋਏ ਤਾਂ ਪੁਲਿਸ ਵਾਲਾ ਭੱਜ ਗਿਆ। ਇਹ ਸੀ ਹੁਣ ਤੱਕ ਦੀ ਅਪਡੇਟ। ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।